ਔਰ ਮਾਤਾ ਜੀ ਕਿਵੇਂ ਤੁਹਾਨੂੰ ਡਰ ਲੱਗਦਾ ਜਦੋਂ ਰਾਤ ਸੌਂਦੇ ਹੋ ਔਰ ਮੈਂ ਦੇਖਿਆ ਤਰਪਾਲ ਪਈ ਹੋਈ ਆ ਸਾਰੇ ਛੱਤ ਤੇ ਔਰ ਬਾਲੇ ਟੁੱਟੇ ਹੋਏ ਆ ਅਸਮਾਨ ਤੇ ਵੀ ਪਾਈ ਹੈ ਬਾਹਰ ਵੀ ਪਾਈ ਦੀਆਂ ਜਦੋਂ ਰਾਤੀ ਸੌਂਦੇ ਆ ਤੇਜ਼ ਨਹੀਂ ਆਉਂਦਾ ਫਿਰ ਚੌਂਦੇ ਕਈ ਵਾਰ ਭਿੱਜਦੇ ਰਹੀਦਾ ਕੱਪੜੇ ਬਿਸਤਰੇ ਸਭ ਭਿੱਜ ਜਾਂਦੇ ਆ ਫਿਰ ਪਾਣੀ ਸੁਕਾਉਣੇ ਪੈਂਦੇ ਆ ਬੜੀ ਮਿਹਨਤ ਪਾਣੀ ਭਾਂਡਿਆਂ ਨਾਲ ਕੱਢੀਦਾ ਬਾਹਰ ਡਰ ਲੱਗਦਾ ਜਦੋਂ ਰਾਤ ਸੌਂਦੇ ਹੋ ਡਰ ਤਾਂ ਲੱਗਦਾ ਹੀ ਸਾਰੀ ਛੱਤਾਂ ਟੁੱਟੀਆਂ ਬਾਲੇ ਟੁੱਟੇ ਆ ਜਦੋਂ ਬਹੁਤ ਤੇਜ਼ ਹੁੰਦਾ ਕਈ ਵਾਰੀ ਮੀਂਹ ਦੇ ਵਿੱਚ ਹੀ ਬਾਹਰ ਆ ਕੇ ਬਹਿ ਗਈਦਾ ਪਰਮਾਤਮਾ ਸਾਲ ਦੇ ਨਾ ਧੁੱਪ ਹੀ ਲੱਗੀ ਰਹੇ ਇੰਨੇ ਮਾੜੇ ਹਾਲਾਤ ਨੇ ਕਿ ਅੰਦਰ ਜਿਹੜੀ ਵਾਇਰਿੰਗ ਸੜ ਜਾਂਦੀ ਹੈ ਤੇ ਬਿਲਡਿੰਗ ਸਾਰਾ ਹੀ ਕਰੰਟ ਆ ਜਾਂਦਾ ਤੇ ਸਾਨੂੰ ਪੁੱਛ ਕੇ ਦੇਖੋ ਕੀ ਹਾਲਾਤ ਨੇ ਸਾਡੇ ਇਹੋ ਜਿਹੇ ਹਾਲਾਤ ਰੱਬ ਕਿਸੇ ਨੂੰ ਵੀ ਨਾ ਅਪੀਲ ਤਾਂ ਮੈਂ ਇਹੀ ਕਰਨਾ ਚਾਹੁੰਦਾ ਕਿ ਜੋ ਕਬੀਰ ਬੇਦੀ ਸਾਹਿਬ ਨੇ ਹਾਲੀਵੁੱਡ ਬਾਲੀਵੁੱਡ ਦੇ ਕਲਾਕਾਰ ਨੇ ਬੜੀ ਪਰਸਨੈਲਿਟੀ ਵਾਲੇ ਹੁੰਦੇ ਨੇ ਦੁਨੀਆਂ ਵਿੱਚ ਉਹਨਾਂ ਦਾ ਨਾਂ ਹੈ ਤੁਹਾਡੇ ਪਰਿਵਾਰ ਦੇ ਜੀ ਹਾਂਜੀ ਉਹ ਡੋਨੇਸ਼ਨ ਦਿੰਦੇ ਆ ਸਾਨੂੰ ਵੀ ਡੋਨੇਸ਼ਨ ਦੇਣ ਤਾਂ ਜੋ ਦਾਨ ਦੇਣ ਅਸੀਂ ਆਪਣੇ ਕਮਰੇ ਬਣਾਈਏ ਚੈਨਲ ਵਾਲਿਆਂ ਦਾ ਮੈਂ ਡੇਲੀ ਪੋਸਟ ਪੰਜਾਬ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਸਟਾਫ ਨੂੰ ਸਮੂਹ ਸਟਾਫ ਦਾ ਡਾਇਰੈਕਟਰ ਸਾਹਿਬ ਦਾ ਜੋ ਸਾਡੀ ਇਹ ਸਾਰ ਲੈਣ ਆਇਆ ਅਕਸਰ ਹੀ ਬਰਸਾਤ ਦਾ ਨਾਮ ਸੁਣਦੇ ਹਾਂ ਬਹੁਤ ਸਾਰੇ ਚਿਹਰੇ ਜਿਹੜੇ ਖੁਸ਼ੀ ਦੇ ਨਾਲ ਖਿੜ ਜਾਂਦੇ ਨੇ ਕਿ ਚਲੋ ਬਰਸਾਤ ਆਈ ਹੈ ਕਿਤੇ ਨਾ ਕਿਤੇ ਗਰਮੀ ਤੋਂ ਨਜਾਤ ਮਿਲੇਗੀ ਪਰ ਇਹ ਹਕੀਕਤ ਸਾਰਿਆਂ ਨਾਲ ਸੱਚ ਨਹੀਂ ਹੁੰਦੀ ਕਿਉਂਕਿ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਇਹ ਡਰ ਸਤਾਉਣ ਲੱਗ ਜਾਂਦਾ ਹੈ ਕਿ ਉਹਨਾਂ ਦੇ ਮਕਾਨ ਦੀ ਛੱਤ ਕੱਚੀ ਹੈ ਮਕਾਨ ਚੋਂਦਾ ਹੈ ਕਿਤੇ ਬਰਸਾਤ ਦੇ ਵਿੱਚ ਉਹਨਾਂ ਦੇ ਉੱਤੇ ਹੀ ਉਹਨਾਂ ਦੇ ਜੀਆਂ ਦੇ ਉੱਤੇ ਨਾ ਡਿੱਗੇ ਇਸ ਤਰ੍ਹਾਂ ਦਾ ਹੀ ਇੱਕ ਪਰਿਵਾਰ ਡੇਰਾ ਬਾਬਾ ਨਾਨਕ ਦਾ ਪਰਿਵਾਰ ਹੈ ਅੱਜ ਤੁਹਾਨੂੰ ਉਹਨਾਂ ਦੇ ਘਰ ਦੇ ਹਾਲਾਤ ਉਹਨਾਂ ਦੇ ਹਾਲਾਤ ਔਰ ਉਹਨਾਂ ਦੀ ਮਜਬੂਰੀ ਉਹਨਾਂ ਦੇ ਮੂੰਹ ਹੀ ਸੁਣਾਵਾਂਗੇ ਚੱਲਦੇ ਹਨ ਔਰ ਦੇਖਦੇ ਹਾਂ ਉਸ ਪਰਿਵਾਰ ਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਪਰਿਵਾਰ ਦਾ ਮਕਾਨ ਇਹ ਉਹਨਾਂ ਦਾ ਜੱਦੀ ਪੁਸ਼ਤੀ ਮਕਾਨ ਹੈ ਔਰ ਇਹ ਘਰ ਉਹਨਾਂ ਦਾ ਪਹਿਲੋਂ ਇੱਕ ਸ਼ਾਨਦਾਰ ਮਹਿਲ ਨੁਮਾ ਘਰ ਸੀ ਜੋ ਕਿ ਅੱਜ ਟੈਟਰੀ ਹੋ ਚੁੱਕਾ ਹੈ ਔਰ ਇਸ ਘਰ ਦੀ ਐਂਟਰੈਂਸ ਦੇ ਉੱਤੇ ਹੀ ਇਹਨਾਂ ਦੀ ਇੱਕ ਪੌੜੀਆਂ ਨੇ ਇਹਨਾਂ ਪੌੜੀਆਂ ਦੇ ਉੱਤੋਂ ਚੜ੍ਹ ਕੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਚੀਜ਼ ਬਹੁਤ ਉੱਚੇ ਅਹੁਦਿਆਂ 'ਤੇ ਰਹੇ ਔਰ ਇਹਨਾਂ ਦੇ ਹੀ ਪਰਿਵਾਰ ਦੇ ਇੱਕ ਚੀਜ਼ ਨੇ ਕਬੀਰ ਬੇਦੀ ਜੋ ਕਿ ਇਸੇ ਪਰਿਵਾਰ ਦਾ ਹਿੱਸਾ ਨੇ ਔਰ ਇਸੇ ਪਰਿਵਾਰ ਦੇ ਉਹ ਮੈਂਬਰ ਨੇ ਅੱਜ ਉਹ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਇੱਕ ਮਾਇਨਾ ਅਦਾਕਾਰ ਨੇ ਔਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਇਹ ਉਸੇ ਪਰਿਵਾਰ ਦੇ ਆ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਕਿ ਇਸ ਪਿਛਲੇ ਹੀ ਬਰਸਾਤ ਦੇ ਵਿੱਚ ਹੁਣ ਜਿਹੜੀ ਬਰਸਾਤ ਹੋਈ ਆ ਇਹ ਉਹਨਾਂ ਦਾ ਘਰ ਡਿੱਗ ਪਿਆ ਇਹ ਕਮਰਾ ਗਨੀਮਤ ਇਹ ਰਹੀ ਹੈ ਕਿ ਇਸ ਦੇ ਥੱਲੇ ਕੋਈ ਪਰਿਵਾਰ ਦਾ ਜੀ ਉਸ ਵਕਤ ਨਹੀਂ ਸੀ ਮੌਜੂਦ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਇਹ ਹਾਲਾਤ ਤੁਸੀਂ ਦੇਖੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਆਉਂਦੇ ਨੇ ਸਰਕਾਰਾਂ ਦੇ ਵਿੱਚ ਵੀ ਆਉਂਦੇ ਨੇ ਬਹੁਤ ਸਾਰੀ ਗੱਲਾਂ ਕਰਦੇ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ
ਤੁਸੀਂ ਦੇਖਦੇ ਹੋ ਕਿ ਇਹ ਪਰਿਵਾਰ ਇੱਕ ਜ਼ਰੂਰਤਮੰਦ ਪਰਿਵਾਰ ਹੈ ਔਰ ਇਸ ਪਰਿਵਾਰ ਨੂੰ ਅੱਜ ਜ਼ਰੂਰਤ ਕਿਸੇ ਦੀ ਮਦਦ ਦੀ ਕਿਸੇ ਦੀ ਲੋੜ ਹੈ ਕੋਈ ਇਹਨਾਂ ਦੀ ਬਾਂਹ ਫੜੇ ਤਾਂ ਜੋ ਆਪਣੇ ਕੱਚੇ ਕੋਠੇ ਪੱਕੇ ਕਰ ਲੈਣ ਔਰ ਆਪਣੇ ਜ਼ਿੰਦਗੀ ਦਾ ਗੁਜ਼ਾਰਾ ਕਰ ਸਕਣ ਪਰਿਵਾਰ ਦੇ ਜੀ ਔਰ ਉਹਨਾਂ ਦਾ ਇਹ ਕਹਿਣਾ ਕਿ ਕਿਸੇ ਵੇਲੇ ਵੀ ਇਹ ਛੱਤਾਂ ਬਾਲੇ ਜੋ ਕਿ ਟੁੱਟੇ ਹੋਏ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਟੁੱਟੇ ਬਾਲਿਆਂ ਦੇ ਥੱਲੇ ਰਹਿਣ ਨੂੰ ਮਜਬੂਰ ਹੈ ਪਰਿਵਾਰ ਕਿਸੇ ਵੇਲੇ ਵੀ ਇਹ ਛੱਤ ਜਿਹੜੀ ਹੈ ਇਹਨਾਂ ਦੇ ਉੱਤੇ ਡਿੱਗ ਸਕਦੀ ਹੈ ਅੰਦਰੋਂ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਔਰ ਤਸਵੀਰਾਂ ਦੇ ਵਿੱਚ ਪੂਰੇ ਘਰ ਦਾ ਹਾਲਾਤ ਤੁਸੀਂ ਦੇਖੇ ਨੇ ਕਿਵੇਂ ਉਹਨਾਂ ਦੇ ਘਰ ਦੇ ਹਾਲਾਤ ਮਕਾਨ ਪੂਰੀ ਤਰ੍ਹਾਂ ਜਿਹੜਾ ਉਹ ਤਲੇੜਿਆ ਗਿਆ ਹੈ ਔਰ ਸਾਰੀਆਂ ਛੱਤਾਂ 'ਚ ਆਉਂਦੀਆਂ ਬਾਲਿਆਂ ਦੀਆਂ ਛੱਤਾਂ ਨੇ ਔਰ ਕੰਧਾਂ ਦੇ ਉੱਤੇ ਕਿਵੇਂ ਕਲਰ ਜੰਮਿਆ ਔਰ ਸੀਮਟ ਡਿੱਗਦਾ ਪਿਆ ਹੈ ਪਰ ਕਿਸੇ ਨੇ ਅੱਜ ਤੱਕ ਇਸ ਪਰਿਵਾਰ ਦੀ ਸਾਰ ਨਹੀਂ ਲਈ ਸਰਕਾਰ ਸੈਂਟਰ ਸਰਕਾਰ ਪੰਜਾਬ ਸਰਕਾਰ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਜਿਨ੍ਹਾਂ ਨੇ ਆਪਣਾ ਸਾਰਾ ਹੀ ਸਮਾਨ ਤਰਪਾਲਾਂ ਦੇ ਨਾਲ ਪਲਾਸਟਿਕ ਦੀਆਂ ਪੰਨੀਆਂ ਦੇ ਨਾਲ ਢੱਕਿਆ ਸੋਫੇ ਵੀ ਉਹਨਾਂ ਨੇ ਆਪਣੇ ਪਲਾਸਟਿਕ ਦੀ ਪੰਨੀਆਂ ਦੇ ਨਾਲ ਢੱਕੇ ਹੋਏ ਹਨ ਕਿਉਂਕਿ ਸਾਰਾ ਹੀ ਘਰ 'ਚ ਆਉਂਦਾ ਔਰ ਇਸੇ ਛੱਤ ਇੱਕੋ ਛੱਤ ਹੈ ਉਹਨਾਂ ਕੋਲ ਇਸ ਛੱਤ ਦੇ ਥੱਲੇ ਤਿੰਨੇ ਮਾਂ ਪੁੱਤ ਰਹਿੰਦੇ ਹਨ ਸਰਕਾਰ ਦਾਅਵੇ ਕਰਦੀ ਹੈ ਮਦਦ ਕਰਨ ਦੀ ਜ਼ਰੂਰਤਮੰਦ ਪਰਿਵਾਰਾਂ ਦੀ ਪਰ ਇਹਦੋਂ ਵੱਧ ਜ਼ਰੂਰਤਮੰਦ ਪਰਿਵਾਰ ਮੈਨੂੰ ਨਹੀਂ ਲੱਗਦਾ ਕੋਈ ਅੱਜ ਦੀ ਤਰੀਕ ਦੇ ਵਿੱਚ ਹੋਏਗਾ ਇੱਕ ਕਮਰਾ ਵਾ ਔਰ ਇੱਕ ਇਹਨਾਂ ਦਾ ਉਹ ਕਮਰਾ ਜਿੱਥੇ ਪਾਠ ਪੂਜਾ ਕਰਦੇ ਆ ਆਸਥਾ ਪਰਮਾਤਮਾ ਦਾ ਉਹ ਘਰ ਮਤਲਬ ਜੀ ਤੁਹਾਡੇ ਘਰ ਦੇ ਹਾਲਾਤ ਦੇਖੇ ਆ ਮੈਂ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਨਹੀਂ ਸਰਕਾਰ ਕੋਈ ਬੰਦਾ ਨਹੀਂ ਆਇਆ ਨਾ ਕਾਂਗਰਸ ਨਾ ਕਾਲੀਏ ਵੋਟਾਂ ਵਾਲੇ ਆ ਜਾਂਦੇ ਆ ਵੀ ਵੋਟਾਂ ਪਾ ਦਿਓ ਮੁੜ ਕੇ ਕੋਈ ਪਤਾ ਹੀ ਨਹੀਂ ਕਰਦਾ ਕੀ ਹਾਲਾਤ ਹੈ ਕੀ ਨਹੀਂ ਵੇਖਣ ਕੋਈ ਨਹੀਂ ਆਇਆ ਜਦੋਂ ਵੋਟਾਂ ਵਾਲੇ ਆਉਂਦੇ ਉਦੋਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਸਾਡਾ ਘਰ ਟੁੱਟਾ ਹੋਇਆ ਹੈ ਸਾਡੀ ਮਦਦ ਕਰੋ ਕਹਿੰਦੇ ਜਦੋਂ ਕੋਈ ਨਹੀਂ ਜਦੋਂ ਅਸੀਂ ਬਣਾਂਗੇ ਆਵਾਂ ਤੁਸੀਂ ਵੋਟਾਂ ਪਾਓ ਤਾਂ ਤੁਹਾਨੂੰ ਆਪ ਬਣਾ ਕੇ ਦਾਂਗੇ ਕਰਾਂਗੇ ਪਰ ਕੋਈ ਆਇਆ ਨਹੀਂ ਵੇਖਣ ਹੀ ਨਹੀਂ ਆਏ ਤੇ ਔਰ ਮਤਲਬ ਜੀ ਕਿਵੇਂ ਤੁਹਾਨੂੰ ਡਰ ਲੱਗਦਾ ਜਦੋਂ ਰਾਤ ਸੌਂਦੇ ਹੋ ਮੈਂ ਦੇਖਿਆ ਤਰਪਾਲ ਪਈ ਹੋਈ ਆ ਸਾਰੇ ਛੱਤ ਤੇ ਔਰ ਬਾਲੇ ਟੁੱਟੇ ਹੋਏ ਆ ਅਸਮਾਨ ਤੇ ਵੀ ਪਾਈ ਹੈ ਬਾਹਰ ਵੀ ਪਾਈ ਦੀਆਂ ਜਦੋਂ ਰਾਤੀ ਸੌਂਦੇ ਆ ਤੇਜ਼ ਨਹੀਂ ਆਉਂਦਾ ਫਿਰ ਚੌਂਦੇ ਕਈ ਵਾਰ ਭਿੱਜਦੇ ਰਹੀਦਾ ਕੱਪੜੇ ਬਿਸਤਰੇ ਸਭ ਭਿੱਜ ਜਾਂਦੇ ਆ ਫਿਰ ਪਾਣੀ ਸੁਕਾਉਣੇ ਪੈਂਦੇ ਆ ਬੜੀ ਮਿਹਨਤ ਪਾਣੀ ਭਾਂਡਿਆਂ ਨਾਲ ਕੱਢੀ ਦਾ ਬਾਹਰ ਅੰਦਰ ਤੱਕ ਪਾਣੀ ਆ ਜਾਂਦਾ ਇੰਨਾ ਖਰਾਬ ਹੈ ਔਰ ਮੈਨੂੰ ਪਤਾ ਲੱਗਾ ਕਿ ਤੁਹਾਡੇ ਪਰਿਵਾਰ ਦੇ ਜੀ ਨੇ ਕਬੀਰ ਬੇਦੀ ਜਿਹੜੇ ਕਿ ਫਿਲਮਾਂ ਦੇ ਵਿੱਚ ਬੜਾ ਵਧੀਆ ਉਹਨਾਂ ਦਾ ਨਾਮ ਆ ਉਹਨਾਂ ਤੱਕ ਕੋਈ ਪਹੁੰਚ ਉਹਨਾਂ ਨੇ ਕਦੀ ਤੱਕ ਤੱਕ ਪਹੁੰਚ ਕੀਤੀ ਨਹੀਂ ਕਦੀ ਆਏ ਨਹੀਂ ਗਏ ਤਾਂ ਉੱਦਾਂ ਕਈ ਵਾਰੀ ਇਹਨਾਂ ਨਾਲ ਕੀ ਫੋਨ ਇਹਨਾਂ ਨੂੰ ਕੀਤੇ ਵੀ ਹੈ ਪਰ ਕੋਈ ਸੰਪਰਕ ਨਹੀਂ ਕੀਤਾ ਉਹਨਾਂ ਆਏ ਨਹੀਂ ਗਏ ਫੋਨ ਨਹੀਂ ਆਇਆ ਕਦੀ ਕੋਈ ਮਤਲਬ ਤੁਹਾਡੇ ਆਪਣੇ ਪਰਿਵਾਰ ਦੇ ਹਾਂਜੀ ਹਾਂਜੀ ਇਸੇ ਪਰਿਵਾਰ ਦੇ ਸਾਰੇ ਇਕੱਠੇ ਹੀ ਨੇ ਡਰ ਲੱਗਦਾ ਜਦੋਂ ਰਾਤ ਸੌਂਦੇ ਹੋ ਡਰ ਤਾਂ ਲੱਗਦਾ ਹੀ ਸਾਰੀ ਛੱਤਾਂ ਟੁੱਟੀਆਂ ਬਾਲੇ ਟੁੱਟੇ ਆ ਜਦੋਂ ਬਹੁਤ ਤੇਜ਼ ਹੁੰਦਾ ਕਈ ਵਾਰੀ ਮੀਂਹ ਦੇ ਵਿੱਚ ਹੀ ਬਾਹਰ ਆ ਕੇ ਬਹਿ ਜਾਈਦਾ ਅੱਛਾ ਵਰਦੇ ਮੀਂਹ ਦੇ ਵਿੱਚ ਹੀ ਬਾਹਰ ਆ ਬਾਹਰ ਆ ਜਾਈਦਾ
ਫਿਰ ਮੀਂਹ ਦੇ ਵਿੱਚ ਹੀ ਰਾਤ ਕੱਢਦੇ ਹੋ? ਹਾਂਜੀ, ਜਿੱਧਰ ਥੋੜ੍ਹਾ ਪੱਕਾ ਹੈਗਾ ਵਾ ਉੱਧਰ ਜਾ ਕੇ ਤਾਂ ਫਿਰ ਖਲੋ ਜਾਈਦਾ, ਜਦੋਂ ਮੀਂਹ ਹਟਦਾ ਫਿਰ ਅੰਦਰ ਜਾਈਦਾ। ਬੜੀ ਮਾੜੀ ਗੱਲ ਹੈ ਕਿ ਹਾਲੇ ਤੱਕ ਤੱਕ ਤਾਂ ਕੋਈ ਪਹੁੰਚਿਆ ਨਹੀਂ, ਔਰ ਲੋਕ ਬੜੇ ਲੋਕ ਬੜੇ ਸਰਕਾਰਾਂ ਬੜੇ ਲੀਡਰ ਗੱਲਾਂ ਕਰਦੇ ਨੇ ਕਿ ਅਸੀਂ ਪੈਸੇ ਦੇ ਰਹੇ ਹਾਂ ਜਿਹਨਾਂ ਦੇ ਕੱਚੇ ਕੋਠੇ ਨੇ, ਕਦੀ ਕੋਈ ਆਇਆ ਹੀ ਨਹੀਂ ਪੈਸੇ ਪੂਸੇ, ਕੋਈ ਗੱਲ ਹੀ ਨਹੀਂ, ਕੋਈ ਵੇਖਣ ਹੀ ਨਹੀਂ ਆਇਆ ਪੈਸੇ ਕਿੱਥੋਂ ਇੰਨਾ ਨਹੀਂ ਹੋਣੇ ਸਨ। ਕਦੀ ਡੀ ਸੀ ਆਫਿਸ ਤੱਕ ਨਹੀਂ ਪਹੁੰਚ ਕੀਤੀ ਕਿ ਜੇ ਕੋਈ ਨਹੀਂ ਲੀਡਰ ਨਹੀਂ ਗੱਲ ਸੁਣਦੇ ਤਾਂ ਕਿ ਅਫਸਰ ਨੂੰ ਗੱਲ ਸੁਣਾਈਏ? ਨਹੀਂ, ਅਫਸਰ ਤੱਕ ਗਏ ਨਹੀਂ ਗਏ ਅਸੀਂ, ਗਏ ਨਹੀਂ। ਸਾਡੇ ਨਾਲ ਪ੍ਰਵਾਸੀ ਸੁਖਰੋਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਰਣਜੀਤ ਬੇਦੀ। ਰਣਜੀਤ ਜੀ, ਤੁਹਾਡਾ ਇਹ ਦੱਸੋ ਕਿ ਜਿਹੜਾ ਘਰ ਹੈ, ਹਾਂਜੀ, ਪਹਿਲਾਂ ਤਾਂ ਜਦੋਂ ਨਵਾਂ ਨਵਾਂ ਘਰ ਸੀ ਉਹ ਬੜੀ ਇੱਕ ਵੈਲੀ ਸੀ, ਬੜਾ ਨਾਂ ਸੀ ਇਸ ਘਰ ਦਾ, ਬਾਹਰੋਂ ਵੇਖਣ ਹੁੰਦੀ ਸੀ ਤੁਹਾਡਾ ਘਰ? ਹਾਂਜੀ। ਕਾਰਨ ਮਤਲਬ ਪਰਿਵਾਰ ਦੇ ਵਿੱਚ ਜਿਹੜਾ ਬੜਾ ਮਸ਼ਹੂਰ ਲੋਕ ਹੋਏ ਨੇ, ਬੜੇ ਉੱਚੇ ਅਹੁਦਿਆਂ ਦੇ ਲੋਕ ਰਹੇ ਨੇ, ਬੜੇ ਬੜੇ ਉੱਚੇ ਅਹੁਦਿਆਂ ਦੇ ਰਹੇ ਨੇ ਜੀ, ਜਿਵੇਂ ਕਬੀਰ ਬੇਦੀ ਸਾਹਿਬ ਨੇ ਫਿਲਮੀ ਇੰਡਸਟਰੀ। ਕੀ ਲੱਗਦੇ ਤੁਹਾਡੇ? ਇਹ ਚਾਚਾ ਜੀ ਲੱਗਦੇ ਨੇ ਮੰਮੀ, ਸਾਡੇ ਦਾਦਾ ਜੀ ਇਹਨਾਂ ਦੇ, ਜਿਹੜੇ ਦਾਦਾ ਜੀ ਹੈਗੇ ਸੀ ਫਾਦਰ ਸਾਹਿਬ, ਉਹ ਭਰਾ ਹੀ ਲੱਗਦੇ। ਹਾਂਜੀ, ਠੀਕ ਹੈ। ਅਤੇ ਇਹਨਾਂ ਦੇ ਵਿੱਚੋਂ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਵੱਡੇ ਤਾਇਆ ਜੀ ਤਰਲੋਚਨ ਦਾ ਸ਼ਹਿਨਜੱਜ, ਉਹ 1937 ਵਿੱਚ ਸ਼ਹਿਨਜੱਜ ਬਣੇ ਅਤੇ ਪੰਜਾਬ ਵਿੱਚੋਂ ਪਹਿਲੇ ਲੜਕੇ ਸੀ ਜਿਹੜੇ ਕਿ ਸ਼ਹਿਨਜੱਜ ਬਣੇ। ਇਹਨਾਂ ਦੇ ਪਿਤਾ ਦਾ ਜੀ ਨਾਮ ਬਾਬਾ ਪਿਆਰਾ ਲਾਲ ਸੀ ਕਬੀਰ ਬੇਦੀ, ਅਤੇ ਮਾਤਾ ਦਾ ਨਾਂ ਇਟਲੀ 'ਚ ਉਹਨਾਂ ਦੇ ਵਿਆਹ ਹੋਇਆ ਸੀ ਉਹਨਾਂ ਦਾ, ਅਤੇ ਹੈ ਇਹਨਾਂ ਰਹੀ, ਅਤੇ ਉਹ ਉਹਨਾਂ ਦਾ ਨਾਂ ਫਰਦੀਨ ਬੇਦੀ ਸੀ। ਪਿੱਛੇ ਜੀ ਡੇਰਾ ਬਾਬਾ ਨਾਨਕ ਵੀ ਆਏ ਸੀ ਭਟਾਡੇ? ਹਾਂ, ਆਏ ਤਾਂ ਹੈਗੇ ਸੀ, ਮੈਨੂੰ ਪਤਾ ਲੱਗਾ ਸੀ ਉਹ ਦਰਬਾਰ ਸਾਹਿਬ ਅਤੇ ਚੋਲਾ ਸਾਹਿਬ ਤੱਕ ਆਏ ਸੀ, ਤੁਹਾਡੇ ਕੋਲ ਨਹੀਂ? ਸਾਡੇ ਕੋਲ ਨਹੀਂ ਆਏ। ਫੇਸਬੁੱਕ ਰਾਹੀਂ ਪਹੁੰਚ ਕੀਤੀ ਉਹਨਾਂ ਤੱਕ? ਜੋ ਅੱਜ ਕੱਲ੍ਹ ਜਰੀਆ ਮੋਬਾਈਲ ਦਾ, ਫੇਸਬੁੱਕ ਰਾਹੀਂ ਰਿਕੁਐਸਟ ਪਾਈ ਹੈ, ਪਰ ਕੋਈ ਰਿਕੁਐਸਟ ਉਹਨਾਂ ਨੇ ਕੀਤੀ ਨਹੀਂ, ਕੈਂਸਲ ਹੀ ਆਈ ਜੀ ਉਹਨਾਂ ਅਪੀਲ ਜਿਹੜੀ ਕਰਦੇ ਨੇ ਫੇਸਬੁੱਕ ਰਾਹੀਂ, ਕੋਈ ਉਹਨਾਂ ਨੇ ਧਿਆਨ ਨਹੀਂ ਦਿੱਤਾ। ਅਤੇ ਸਰਕਾਰ ਨੇ ਕਦੀ ਕੋਈ ਸਰਵੇ ਕਰਨਾ ਆਇਆ ਤੁਹਾਡੇ ਘਰ ਦੇ ਹਾਲਾਤ ਮੈਂ ਦੇਖਿਆ ਕਿ ਬਿਲਕੁਲ ਬਾਂਦੇ ਵੀ ਟੁੱਟੇ ਆ, ਤਰਪਾਲ ਪਾਈ ਆ, ਔਰ ਰੱਸੀਆਂ ਬੰਨ ਕੇ ਗੁਜ਼ਾਰਾ ਕਰਨ ਡੇ, ਕਦੀ ਵੀ ਕੁਛ ਹਾਦਸਾ ਹੋ ਸਕਦਾ? ਨਹੀਂ, ਸਰਵੇ ਕੀਤਾ ਹੁੰਦਾ ਤਾਂ ਅਜੇ ਹਾਲਾਤ ਨਾ ਹੁੰਦੇ, ਸਰਵੇ ਕੀਤਾ ਹੁੰਦਾ ਸਾਨੂੰ ਪੈਸੇ ਮਿਲਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਾਂ ਪੰਜਾਬ ਸਰਕਾਰ ਵੱਲੋਂ, ਕੋਈ ਪੈਸਾ ਨਹੀਂ ਮਿਲਿਆ ਜੀ ਸਾਨੂੰ। ਆ ਤੁਹਾਡੇ ਸਾਹਮਣੇ ਹੀ ਆ, ਜਦੋਂ ਮੀਂਹ ਪੈਂਦਾ ਪਾਕਿਸਤਾਨ ਵੱਲ ਚੜ੍ਹਦਾ ਨਾ ਸਾਡੇ ਸਾਹ ਸੁੱਕ ਜਾਂਦੇ ਜੀ, ਅਸੀਂ ਕਹਿੰਦੇ ਪਰਮਾਤਮਾ ਸਾਲ ਦੇ ਨਾ ਧੁੱਪ ਹੀ ਲੱਗੀ ਰਹੇ, ਇੰਨੇ ਮਾੜੇ ਹਾਲਾਤ ਨੇ, ਅਤੇ ਅੰਦਰ ਜਿਹੜੀ ਵਾਇਰਿੰਗ ਸੜ ਜਾਂਦੀ ਹੈ ਅਤੇ ਬਿਲਡਿੰਗ ਸਾਰਾ ਹੀ ਕਰੰਟ ਆ ਜਾਂਦਾ, ਅਤੇ ਸਾਨੂੰ ਪੁੱਛ ਕੇ ਵੇਖੋ ਕੀ ਹਾਲਾਤ ਨੇ ਸਾਡੇ, ਇਹੋ ਜਿਹੇ ਹਾਲਾਤ ਰੱਬ ਕਿਸੇ ਨੂੰ ਵੀ ਨਾ ਦੇਵੇ। ਕੀ ਹੁਣ ਕੀ ਚਾਹੁੰਦੇ ਹੋ ਤੁਸੀਂ, ਵੀ ਕਿਸੇ ਨਾਲ ਰਾਬਤਾ ਕਰੋਗੇ ਤੁਸੀਂ ਜਾਂ ਤੁਹਾਡੇ ਤੱਕ ਕੋਈ ਪਹੁੰਚੇ, ਕੀ ਅਪੀਲ ਕਰਨੀ ਚਾਹੁੰਦੇ ਹੋ? ਅਪੀਲ ਤਾਂ ਮੈਂ ਇਹੀ ਕਰਨਾ ਚਾਹੁੰਦਾ ਕਿ ਜੋ ਕਬੀਰ ਬੇਦੀ ਸਾਹਿਬ ਨੇ ਹਾਲੀਵੁੱਡ ਬਾਲੀਵੁੱਡ ਦੇ ਕਲਾਕਾਰ ਨੇ, ਬੜੀ ਪਰਸਨੈਲਿਟੀ ਵਾਲੇ ਹੁੰਦੇ ਨੇ ਦੁਨੀਆਂ ਵਿੱਚ, ਉਹਨਾਂ ਦਾ ਨਾਂ ਹੈ ਤੁਹਾਡੇ ਪਰਿਵਾਰ ਦੇ ਜੀ, ਹਾਂਜੀ, ਉਹ ਡੋਨੇਸ਼ਨ ਦਿੰਦੇ ਹਨ, ਸਾਨੂੰ ਵੀ ਡੋਨੇਸ਼ਨ ਦੇਣ ਤਾਂ ਜੋ ਦਾਨ ਦੇਣਾ ਅਸੀਂ ਆਪਣੇ ਕਮਰੇ ਬਣਾਈਏ। ਤੁਹਾਨੂੰ ਡੋਨੇਸ਼ਨ ਉਹਨਾਂ ਤੋਂ ਮੰਗਣ ਦੀ ਕਿ ਉਹਨਾਂ ਦਾ ਹੱਕ ਬਣਦਾ ਆਪਣੇ ਪਰਿਵਾਰ ਦੀ ਮਦਦ ਕਰ? ਚਲੋ ਜਿੱਦਾਂ ਤੁਸੀਂ ਸਮਝ ਲਓ, ਹਾਂਜੀ, ਉਹ ਲੋਕਾਂ ਦੀ ਠੀਕ ਹੈ, ਮਦਦ ਕਰਦੇ ਨੇ, ਪਰ ਇਹ ਤਾਂ ਉਹਨਾਂ ਦੇ ਆਪਣਾ ਫਰਜ਼ ਹੈ। ਹਾਂ ਬਿਲਕੁਲ, ਕਰੋੜਾਂ ਰੁਪਏ ਦਾਨ ਕਰਦੇ ਨੇ, ਇਹੋ ਜੀ ਗੱਲ ਕੋਈ ਨਹੀਂ, ਇਹ ਤਾਂ ਆਪਣਾ ਹੀ ਪਰਿਵਾਰ ਆ ਉਹਨਾਂ ਦਾ। ਅਤੇ ਕੋਈ ਪੰਜਾਬ ਸਰਕਾਰ ਦਾ ਜਾਂ ਸੈਂਟਰ ਗੌਰਮੈਂਟ ਦਾ ਕੋਈ ਸਹਾਇਤਾ ਨਹੀਂ ਮਿਲੀ, ਇਹ ਸਾਨੂੰ ਪਿਛਲੇ ਸਾਲ ਹੋ ਗਿਆ, ਸਾਲ ਆ ਛੱਤ ਵੀ ਡਿੱਗੀ ਆ, ਹੁਣ ਵੀ ਅੰਦਰੋਂ ਵੇਖ ਲਓ ਜਾ ਕੀ ਹਾਲਾਤ ਨੇ। ਚੈਨਲ ਵਾਲਿਆਂ ਦਾ ਮੈਂ ਡੇਲੀ ਪੋਸਟ ਪੰਜਾਬ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ, ਸਟਾਫ ਨੂੰ, ਸਮੂਹ ਸਟਾਫ ਦਾ, ਡਾਇਰੈਕਟਰ ਸਾਹਿਬ ਦਾ, ਜੋ ਸਾਡੀ ਅੱਜ ਸਾਰ ਲੈਣ ਆਇਆ। ਨਹੀਂ ਚਲੋ, ਉਹ ਤਾਂ ਜਿਵੇਂ ਜਿਵੇਂ ਪਤਾ ਲੱਗਦਾ, ਜਿੰਨੇ ਦੇਰ ਪਤਾ ਨਹੀਂ ਲੱਗਦਾ ਉਨੀ ਦੇਰ ਬੰਦਾ ਕਿਤੇ ਵੀ ਨਹੀਂ ਪਹੁੰਚ ਸਕਦਾ, ਪਰ ਜਦੋਂ ਪਤਾ ਲੱਗਾ ਤਾਂ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਵੀ ਤੁਹਾਡੇ ਤੱਕ ਪਹੁੰਚੇ, ਤੁਸੀਂ ਸਰਕਾਰ ਨੂੰ ਕੀ ਅਪੀਲ ਕਰਦੇ? ਮੈਂ ਤਾਂ ਮੌਜੂਦਾ ਸਰਕਾਰ ਪੰਜਾਬ ਦੀ,
ਸੀ ਐਮ ਭਗਵੰਤ ਮਾਨ ਜੀ ਨੂੰ ਮੇਰੀ ਅਪੀਲ ਹੈ ਕਿ ਤੁਹਾਨੂੰ ਅਸੀਂ ਇਹ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਮੌਕਾ ਆ ਕੇ ਵੇਖ ਲਓ, ਸਾਨੂੰ ਆਰਥਿਕ ਸਹਾਇਤਾ ਦਿਓ ਤਾਂ ਜੋ ਅਸੀਂ ਆਪਣਾ ਮਕਾਨ ਬਣਾ ਸਕੀਏ। ਲੋਕਾਂ ਨੂੰ ਵੀ ਪੈਸੇ ਪੈ ਰਹੇ ਹਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਪੰਜਾਬ ਸਰਕਾਰ ਰਾਹੀਂ ਸਾਨੂੰ ਵੀ ਪੈਸੇ ਪੈਣੇ ਚਾਹੀਦੇ। ਸਾਡਾ ਬਿਲਕੁਲ ਸਹੀ ਆ, ਵੇਖ ਲਓ ਆ ਕੇ ਇਨਕੁਆਇਰੀ ਕਰਾ ਕੇ ਵੇਖ ਲਓ, ਜੋ ਮਰਜ਼ੀ ਮੌਕਾ ਵੇਖ ਲਓ, ਸਾਰੇ ਸਾਡੇ ਘਰ ਟੁੱਟੇ ਹੋਏ ਹਨ, ਕਦੇ ਕਿਸੇ ਵੇਲੇ ਵੀ ਛੱਤ ਡਿੱਗ ਸਕਦੀ ਹੈ। ਸਰਕਾਰ ਇੱਦਾਂ ਵੀ ਤਾਂ ਕਰਦੀਆਂ, ਜਿਹੜੇ ਭਰੇ ਉਹਨਾਂ ਨੂੰ ਭਰਦੇ ਆ, ਪੱਕੇ ਆ ਲੈਂਟਰਾਂ ਵਾਲਿਆਂ ਨੂੰ ਪੈਸੇ ਪਾਉਂਦੇ ਨੇ ਔਰ ਜਿਹਨਾਂ ਨੂੰ ਜ਼ਰੂਰਤ ਉਹਨਾਂ ਨੂੰ ਨਹੀਂ ਪਾਉਂਦੇ ਹੈ। ਉਹ ਤਾਂ ਚਲੋ ਜਿਹੜੀ ਗੱਲ ਠੀਕ ਆ, ਪਰ ਅਸੀਂ ਕਹਿੰਦੇ ਸਾਨੂੰ ਸਾਡੇ ਪੈਸੇ ਬਣ, ਸਾਡਾ ਹੱਕ ਬਣਦਾ, ਕਿਉਂਕਿ ਕੱਚੇ ਕੋਠੇ ਨੇ ਅਤੇ ਸਾਡੇ ਕਹਿੰਦੇ ਬਾਲਿਆਂ ਨੂੰ ਪੈਸੇ ਦੇਣ, ਭਾਵੇਂ ਬਾਲੇ ਵੀ ਟੁੱਟ ਗਏ ਨੇ ਅੰਦਰੋਂ, ਤੁਸੀਂ ਵੇਖ ਹੀ ਲਿਓਨੇ, ਸਾਡਾ ਹੱਕ ਬਣਦਾ ਵੀ ਸਾਨੂੰ ਪੈਸੇ ਦੇਣ, ਜੋ ਸਾਡੀ ਸਹਾਇਤਾ ਬਣਦੀ ਹੈ ਉਹ ਸਾਨੂੰ ਮਿਲਣੀ ਚਾਹੀਦੀ। ਸੋ ਇਹ ਉਹ ਪਰਿਵਾਰ ਹੈ ਕਿ ਜਿਹਦੇ ਹਾਲਾਤ ਤੁਸੀਂ ਆਪ ਦੇਖੇ ਆ, ਤੁਹਾਨੂੰ ਤਸਵੀਰਾਂ ਦੇ ਰਾਹੀਂ ਦਿਖਾਇਆ ਗਿਆ ਕਿ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ। ਤਰਪਾਲਾਂ ਦੇ ਨਾਲ ਛੱਤ ਨੂੰ ਕਵਰ ਕੀਤਾ, ਰੱਸੀਆਂ ਬੰਨ੍ਹ ਕੇ ਤਾਂ ਜੋ ਪਾਣੀ ਨਾ ਚੋਵੇ, ਫਿਰ ਵੀ ਉਹ ਛੱਤ, ਮਾਤਾ ਜੀ ਕਹਿੰਦੇ ਕਿ ਜੋ ਚੋਂਦੀ ਹੈ ਤਾਂ ਪਾਣੀ ਭਰ ਜਾਂਦਾ, ਅਤੇ ਅਸੀਂ ਸਾਰੀ ਰਾਤ ਪਾਣੀ ਕੱਢਦੇ ਰਹਿੰਦੇ ਹਾਂ, ਉਹ ਰਾਤ ਜਾਗ ਕੇ ਕਿਤੇ ਦੂਸਰੀ ਜਗ੍ਹਾ ਬੈਠ ਕੇ ਗੁਜ਼ਾਰਾ ਕਰਦੇ ਹਾਂ ਕਿ ਕਿਤੇ ਛੱਤ ਸਾਡੇ ਉੱਤੇ ਆ ਨਾ ਜਾਣ ਡਿੱਗ ਪਵੇ। ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਅਸਰ ਰਸੂਖ ਵਾਲੇ ਨੇ ਔਰ ਜਿਨ੍ਹਾਂ ਦੀ ਪਹੁੰਚ ਹੈ, ਔਰ ਉਹ ਪਹੁੰਚ ਦੇ ਜ਼ਰੀਏ ਸਰਕਾਰ ਤੋਂ ਫਾਇਦਾ ਲੈ ਜਾਂਦੇ ਨੇ। ਪਰ ਇਹ ਪਰਿਵਾਰ ਇੱਕ ਰਸੂਖਦਾਰ ਪਰਿਵਾਰ ਸੀ, ਜਦੋਂ ਕਿ 47 ਤੋਂ ਪਹਿਲਾਂ ਦੀ ਗੱਲ ਹੈ, ਇਸ ਪਰਿਵਾਰ ਦਾ ਇਸ ਘਰ ਨੂੰ ਕਹਿੰਦੇ ਨੇ ਇੱਕ ਲੋਕ ਦੇਖਣ ਆਇਆ ਕਰਦੇ ਸਨ, ਜਿਹੜਾ ਅੱਜ ਹਾਲਾਤ ਇਹ ਨੇ ਕਿ ਇਹਦੇ ਅੰਦਰ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ। ਸੋ ਸਰਕਾਰਾਂ ਨੂੰ ਚਾਹੀਦਾ ਕਿ ਐਸੇ ਪਰਿਵਾਰਾਂ ਦੀ ਮਦਦ ਕਰਨ, ਐਸੇ ਸਮਾਜ ਸੇਵੀਆਂ ਨੂੰ ਚਾਹੀਦਾ, ਐਸੇ NRI ਭਰਾ ਨੇ ਜਿਹੜੇ ਇਹਨਾਂ ਪਰਿਵਾਰਾਂ ਨੂੰ ਆਣ ਕੇ ਮਿਲ, ਇਹਨਾਂ ਨਾਲ ਸਿੱਧਾ ਸੰਪਰਕ ਕਰਨ, ਕਿਸੇ ਨੂੰ ਮਿਲਣ ਦੀ ਲੋੜ ਨਹੀਂ, ਸਿਰਫ ਇਹਨਾਂ ਨੂੰ ਮਿਲਣ ਆਉਂਗੇ ਔਰ ਇਹਨਾਂ ਦੀ ਜੋ ਬਣਦੀ ਆ ਉਹ ਮਦਦ ਕੀਤੀ ਜਾਏ ਤਾਂ ਜੋ ਆਪਣੀ ਇੱਕ ਜ਼ਿੰਦਗੀ ਬਸਰ ਕਰ ਸਕੇ। ਮੈਂ ਤਾਂ ਇਹੀ ਕਹਾਂਗਾ, ਵਕਤ ਸੇ ਵਕਤ ਕੀ ਕਿਹਾ, ਸ਼ਿਕਾਇਤ ਕਰੇ ਵਕਤ ਹੀ ਨਾ ਰਹਾ, ਵਕਤ ਕੀ ਬਾਤ ਹੈ। ਵਕਤ ਦੀ ਗੱਲ ਹੈ ਕਿ ਇਹ ਘਰ ਨੂੰ ਲੋਕ ਦੇਖਣ ਆਇਆ ਕਰਦੇ ਸਨ, ਅਤੇ ਅੱਜ ਜਦੋਂ ਦੇਖਣ ਦੀ ਲੋੜ ਹੈ ਉਦੋਂ ਕੋਈ ਦੇਖਣ ਨਹੀਂ ਇਸ ਘਰ ਨੂੰ ਪਹੁੰਚ ਰਿਹਾ। ਡੇਰਾ ਬਾਬਾ ਨਾਨਕ ਤੋਂ ਕੈਮਰਾਮੈਨ ਕ੍ਰਿਸ਼ਨ ਗੋਪਾਲ ਦੇ ਨਾਲ ਗੁਰਕਿਰਪਾਲ ਸਿੰਘ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।